ਵਾਹਿਗੁਰੂ ਜੀ। ਮਨ ਛੱਡ ਦੇ ਗਰਭ ਗਰੂਰੀਆਂ ਨੂੰ, ਮਨ ਛੱਡ ਦੇ ਗਰਭ ਗਰੂਰੀਆਂ ਨੂੰ, ਕਈ ਆਪਣੀ ਛੋੜ ਜਗੀਰ ਤੁਰ ਗਏ। ਇੱਥੇ ਕਰਕੇ ਹੁਕਮ ਅਦਾਲਤਾਂ ਨੂੰ, ਵੱਡੇ ਹੋ ਕੇ ਨਿਰਪ ਵਜ਼ੀਰ ਤੁਰ ਗਏ। ਰੋਂਦੀ ਦੁਨੀਆ ਜਿਨ੍ਹਾਂ ਨੂੰ ਯਾਦ ਕਰਕੇ, ਰੋਂਦੀ ਦੁਨੀਆ ਜਿਨ੍ਹਾਂ ਨੂੰ ਯਾਦ ਕਰਕੇ, ਛੋੜ ਮਹਿਫਲਾਂ ਪੀਰ ਫਕੀਰ ਤੁਰ ਗਏ। ਜਦੋਂ ਆ ਗਿਆ ਵਕਤ ਦਰਬਾਰ ਸਿੰਘਾ, ਜਦੋਂ ਆ ਗਿਆ ਵਕਤ ਦਰਬਾਰ ਸਿੰਘਾ, ਬ੍ਰਹਮ ਭਗਤੇ ਛੋੜ ਤਕਰੀਰ ਤੁਰ ਗਏ। ਤਾਰਦੇ ਸਾਧੂ ਤਰ ਹੜੰਬੇ ਦੀ 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 ਹੜੰਬੇ ਦੀ
ਤੂੜੀ ਮਿਲ ਗਏ ਸੰਤਾਂ ਦੀ ਤੂੜੀ
ਕਰੋੜਾਂ ਖੰਡਾਂ ਬ੍ਰਹਿਮੰਡਾਂ ਦੇ ਮਾਲਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਦੇ ਅੰਦਰ ਕਿਤਨੇ ਦਿਨਾਂ ਤੋਂ ਮਹਾਂਪੁਰਸ਼ਾਂ ਦੀ ਪਾਵਨ ਪਵਿੱਤਰ ਯਾਦ ਦੇ ਅੰਦਰ ਸਮਾਗਮ ਦੀ ਰਚਨਾ ਹੋ ਰਹੀ ਹੈ। ਗੰਗਾ, ਜਮਨਾ, ਗੋਦਾਵਰੀ, ਸਰਸਵਤੀ, ਉਦਮ ਕਰੈ ਤੋੜ ਸਾਧੂ ਕੀ ਤਾਈ, ਕਿਲਵਿਖ ਮੈਲ ਪਰੇ ਪਰੇ ਹਮਰੇ ਵਿੱਚ, ਹਮਰੀ ਮੈਲ ਸਾਧੂ ਕੀ ਤੋਰ ਗਵਾਈ। ਜਿਹੜੇ ਤੀਰਥ ਬਣੇ ਨੇ ਇਹ ਵੀ ਮਹਾਂਪੁਰਸ਼ਾਂ ਦੇ ਚਰਨਾਂ ਦੀ ਤੂੜੀ ਨੂੰ ਚਾਹੁੰਦੇ ਨੇ। ਕਹਿੰਦੇ ਮਨੋ ਕਠੋਰ ਮਰੇ ਬਨਾਰਸ, ਨਰਕ ਨਾ ਬੰਛਿਆ ਜਾਈ, ਹਰ ਕਾ ਸੰਤ ਮਰੇ ਹੜੰਬੇ ਸਗਲੀ ਸੈਨ ਤਰਾਈ। ਕਹਿੰਦੇ ਕੰਸ਼ੀ ਨੂੰ ਤਾਂ ਬਾਰੇ ਜੋ ਪ੍ਰਾਣੀ ਉੱਥੇ ਸਰੀਰ ਛੱਡਦਾ ਉਹ ਪਰਮ ਗਤੀ ਨੂੰ ਪ੍ਰਾਪਤ ਹੁੰਦਾ, ਪਰ ਹੜੰਬੇ ਦੀ ਧਰਤੀ ਨੂੰ ਸ਼ਰਾਪ ਹੈ ਜੋ ਉੱਥੇ ਸਰੀਰ ਛੱਡਦਾ। ਉਹ ਪ੍ਰੇਮੀ ਗਧੇ ਦੀ ਜੂਮ ਦੇ ਅੰਦਰ ਜਾਂਦਾ, ਪਰ ਭਗਤ ਕਬੀਰ ਜੀ ਜਦ ਉਹਨਾਂ ਦਾ ਆਖਰਤ ਦਾ ਸਮਾਂ ਆਇਆ, ਉਹਨਾਂ ਨੇ ਹੜੰਬੇ ਦੀ ਧਰਤੀ 'ਤੇ ਜਾ ਕੇ ਆਪਣਾ ਟਿਕਾਣਾ ਬਣਾ ਲਿਆ। ਅਸੀਂ ਮੌਤ ਤੋਂ ਡਰਦੇ ਹਾਂ ਕਿਉਂਕਿ ਮੌਤ ਦਾ ਭਈ ਐਸਾ ਹੈ। ਕਬੀਰ ਸਾਹਿਬ ਕਹਿੰਦੇ ਜਿਸ ਮਰਨੇ 'ਤੇ ਜੱਗ ਡਰਿਆ। ਅਸੀਂ ਗੱਲਾਂ ਚਾਹੇ ਕਿੰਨੀਆਂ ਉੱਚੀਆਂ ਕਰੀ ਜਾਈਏ ਪਰ ਅੰਦਰੋਂ ਸਾਨੂੰ ਮ੍ਰਿਤਿਊ ਦਾ ਭੈ ਬਣਿਆ ਹੋਇਆ ਹੈ। ਮੌਤ ਦੀਆਂ ਅੱਖਾਂ ਦੇ ਅੰਦਰ ਜੇ ਕੋਈ ਘੱਟਾ ਪਾਉਂਦਾ ਉਸੇ ਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਭੇਖੈ ਇੱਕ ਸਵਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ, ਜਿਨ੍ਹਾਂ ਪੁਰਸ਼ਾਂ ਨੇ ਪਰਮੇਸ਼ੁਰ ਦੀ ਬੰਦਗੀ ਕੀਤੀ ਹੈ, ਇੱਕ ਕੋਈ ਪ੍ਰੇਮੀ ਕਾਂਸ਼ੀ ਦੇ ਅੰਦਰ ਚੜ੍ਹਾਈ ਕਰ ਗਿਆ। ਜਦ ਉਹ ਚੜ੍ਹਾਈ ਕਰਿਆ ਉਹਦਾ ਸਾਰਿਆਂ ਨੇ ਅਫਸੋਸ ਮਨਾਇਆ, ਪਰ ਕਬੀਰ ਸਾਹਿਬ ਨਹੀਂ ਗਏ, ਨਾ ਅਫਸੋਸ ਏ ਮਨਾਇਆ। ਉਹ ਕਹਿੰਦੇ ਪ੍ਰੇਮੀ ਕਹਿੰਦੇ ਭਗਤ ਜੀ ਅੱਗੇ ਤੁਸੀਂ ਸਭ ਦੇ ਜਾਂਦੇ ਹੋ, ਇਹ ਪ੍ਰੇਮੀ ਚੜ੍ਹਾਈ ਕਰ ਗਿਆ ਤੁਸੀਂ ਦੁੱਖੇ ਨਹੀਂ ਮੰਨਿਆ, ਇਹ ਤਾਂ ਸਮਾਂ ਸਾਰਿਆਂ ਦੀ ਆ ਜਾਣਾ ਮ੍ਰਿਤਿਊ ਦਾ। ਕਬੀਰ ਸਾਹਿਬ ਕਹਿੰਦੇ
ਕਹਿੰਦੇ ਮੈਂ ਮਰਨਾ ਹੀ ਨਹੀਂ ਹੈ, ਮੈਂ ਨਾ ਮਰੂੰ ਮਰਬੋ ਸੰਸਾਰਾ, ਅਬ ਮੋਹੇ ਮਿਲਿਓ ਹੈ ਜੀ ਆਵਨਹਾਰਾ। ਕਹਿੰਦੇ ਮੈਂ ਮਰਨਾ ਨਹੀਂ ਹੈ ਕਿਉਂਕਿ ਹੁਣ ਮੈਨੂੰ ਐਸੇ ਗੁਰੂ ਦੇਵ ਸਵਾਮੀ ਰਾਮਾਨੰਦ ਦੀ ਪ੍ਰਾਪਤੀ ਹੋ ਗਈ। ਉਹਨਾਂ ਨੇ ਮੈਨੂੰ ਨਾਮ ਬਖਸ਼ਤਾ ਰਾਮ ਸ਼ਬਦ, ਉਹ ਮੈਨੂੰ ਕਮਾਈ ਕਰਵਾ ਰਹੇ ਨੇ। ਕਹਿੰਦੇ ਦੂਰ ਰਹੀ ਉਹਦੀ ਜਮ ਤੇ ਬਾਠ, ਮੈਨੂੰ ਹੁਣ ਜਮਾਂ ਦਾ ਪੈ ਨਹੀਂ ਰਿਹਾ। ਇਹ ਸਰੀਰ ਇਹੋ ਜਿਹੇ, ਪਤਾ ਨਹੀਂ ਅਸੀਂ ਕਿੰਨੇ ਕੁ ਸਰੀਰ ਪਹਿਲਾਂ ਧਾਰਨ ਕੀਤੇ ਨੇ। ਜੇ ਅਸੀਂ ਆਤਮਦਰਸ਼ੀ ਨਾ ਹੋਏ ਪਤਾ ਨਹੀਂ ਹੋਰ ਕਿੰਨੇ ਕੁ ਧਾਰਨ ਕਰਨੇ ਪੈਣਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਦਾ ਜਿਹੜਾ ਉਪਦੇਸ਼ ਹੈ ਉਹ ਸਾਨੂੰ ਇਹੀ ਹੈ ਵੀ ਆਪਣੇ ਆਪ ਦੀ ਪਛਾਣ ਕਰ ਵੀ ਮੈਂ ਕਿੱਥੋਂ ਆਇਆ, ਕਿਉਂ ਆਇਆ ਅਤੇ ਮੈਂ ਕੌਣ ਹਾਂ। ਪਹਿਲੀ ਗੱਲ ਤਾਂ ਅਸੀਂ ਧਰਮ ਵਾਲੇ ਪਾਸੇ ਨੂੰ ਤੁਰਦੇ ਨਹੀਂ ਹਾਂ। ਜੇ ਕਿਤੇ ਕੋਈ ਕਿਰਪਾ ਹੋ ਜੇ ਭੁੱਲ ਭੁਲੇਖੇ ਤੁਰ ਪਈਏ ਫਿਰ ਅਸੀਂ ਆਪਣੇ ਆਪ ਨੂੰ ਸੇਵਾ ਦਾ, ਸਿਮਰਨ ਦਾ, ਬਾਣੀ ਪੜ੍ਹਨ ਦਾ, ਮੈਂ ਬਹੁਤ ਚੰਗਾ ਅਸੀਂ ਹੰਕਾਰ ਕਰਦੇ। ਪਾਤਸ਼ਾਹ ਕਹਿੰਦੇ ਹੰਕਾਰ ਦੇ ਨਾਲ ਇਹਨੂੰ ਉਹ ਮੰਜ਼ਿਲ ਨਹੀਂ ਪ੍ਰਾਪਤ ਹੁੰਦੀ। ਹਉਮੈ ਦਾ ਜਿਹੜਾ ਰੋਗ ਹੈ ਨਾ, ਵਿਦਵਾਨਾਂ ਦੀ ਸਭਾ ਦੇ ਅੰਦਰ ਸਵਾਲ ਉੱਠਿਆ ਵੀ ਜੀਵ ਤੇ ਬ੍ਰਹਮ ਦੇ ਵਿਚਾਲੇ ਪੜਦਾ ਕੀ ਹੈ। ਨਾਲੇ ਕਹਿੰਦੇ ਆ ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ। ਮਹਾਂਪੁਰਸ਼ ਬੰਦਗੀ ਕਰਨ ਵਾਲੇ ਜਿਹੜੇ ਮੰਜ਼ਲਾਂ ਮਖਾਈ ਬੈਠੇ ਨੇ ਉਹ ਕਹਿੰਦੇ ਜੀਵ ਤੇ ਬ੍ਰਹਮ ਦੇ ਦਰਮਿਆਨ ਹਉਮੈ ਦਾ ਪੜਦਾ, ਹਉਮੈ ਦਾ ਹੋਂ ਹੋਂ ਪੀਤ ਪਈ ਹੈ ਵਿੱਚੋਂ। ਰੋਜ਼ ਪੜ੍ਹਦੇ ਹਾਂ ਕਰ ਪੁੰਨੋ ਨੀਚ ਸਦਾਈ ਹੈ। ਜਿਨ੍ਹਾਂ ਨੇ ਜਪ ਤਪ ਕਰਕੇ, ਸੇਵਾ ਕਰਕੇ, ਸਿਮਰਨ ਕਰਕੇ ਨਿਮਰਤਾ ਦੀ ਕਿਤੇ ਪ੍ਰਾਪਤੀ ਹੋ ਜੇ ਉਹਨਾਂ ਨੂੰ ਮੰਜ਼ਲਾਂ ਮਿਲਦੀਆਂ ਨੇ। ਉਹਨਾਂ ਦਾ ਕੋਈ ਆਨੰਦ ਦਾ ਦੁਆਰ ਖੁੱਲ੍ਹਦਾ, ਨਹੀਂ ਤਾਂ ਫਿਰ ਪਾਤਸ਼ਾਹ ਕਹਿੰਦੇ ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ। ਇਹ ਕਰਮ ਹਉਮੈ ਦੇ ਅਧੀਨ ਹੋਇਆ, ਮੈਂ ਦਾਨ ਕੀਤਾ, ਮੈਂ ਪੁੰਨੀ ਹਾਂ, ਮੈਂ ਧਰਮੀ ਹਾਂ, ਇਸੇ ਅਧੀਨ ਹੋਇਆ ਹੋਇਆ ਹੀ ਆਪਣੇ ਜੀਵਨ ਨੂੰ ਬਰਬਾਦ ਕਰਦਾ। ਆਓ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰੀਏ। ਸਾਰੇ ਮਾਈ ਭਾਈ ਪ੍ਰੇਮ ਦੇ ਨਾਲ ਸ਼ਬਦ ਵਿੱਚ ਬੋਲਿਆ ਕਰੋ। ਪਹਿਲੇ ਹਿੱਸੇ ਵਿੱਚ ਦਾਸ ਬੋਲਦਾ, ਦੂਸਰੇ ਪਾਸੇ ਸਭ ਭਾਈ, ਤੀਸਰੇ ਪਾਸੇ ਸਭ ਬੀਬੀਆਂ ਉੱਚੀ ਆਵਾਜ਼ ਵਿੱਚ ਮਿਲ ਕੇ ਬੋਲਿਆ ਕਰੋ। ਕਿਤੇ ਲੱਗ ਨਾ ਕਿਸੇ ਨੂੰ ਵੀ
ਹਉਮੈ ਦੇ ਅਧੀਨ ਹੋ ਜਾਂਦੇ ਨਾ, ਹਉਮੈ ਦੇ ਮਲ ਬਖਸ਼ੇਪ ਤੇ ਅਵਰਨ ਦੇ ਪੜਦੇ ਪੈ ਗਏ ਇਹਦੇ ਤੇ। ਕੰਸ਼ੀ ਦੇ ਅੰਦਰ ਇੱਕ ਸਰਬਾਜੀਤ ਨਾਮ ਕਰਕੇ ਪੰਡਿਤ ਹੋਇਆ, ਉਹ ਬੜਾ ਵਿਦਵਾਨ ਸੀ। ਕਈ ਪੁਰਸ਼ ਅੱਖਰੀ ਅਰਥ ਬਹੁਤ ਜਾਣਦੇ ਨੇ, ਪਰ ਜੋ ਕੁਛ ਵੇਦ ਪ੍ਰਾਣ ਸ਼ਾਸਤਰ ਗੁਰਬਾਣੀ ਕਹਿ ਰਹੀ ਹੈ ਉਹਦੇ ਅਨੁਸਾਰ ਨਹੀਂ ਚੱਲਦੇ। ਤਦੇ ਪਾਤਸ਼ਾਹ ਨੇ ਜਵਾਬ ਦਿੱਤੇ ਨਾ, ਪੜ੍ਹੀਏ ਨਾ ਹੀ ਭੇਦ ਬੂਝੀਏ ਪਾਵਣਾ, ਗੱਲ ਤਾਂ ਹੁਕਮ ਮੰਨਣ ਦੀ ਹੈ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾ। ਇਹ ਵੀ ਉਹਦੀ ਕਿਰਪਾ ਦੁਆਰਾ ਅਰਦਾਸਾਂ ਬੇਨਤੀਆਂ ਕਰਦੇ ਰਹੋ, ਪਾਤਸ਼ਾਹ ਸਾਥੋਂ ਹੁਕਮ ਮਨਾ ਲਓ ਆਪਦਾ। ਉਹ ਸਰਬਾਜੀਤ ਪੰਡਿਤ, ਉਹਨੇ ਚਰਚਾ ਕਰਨੀ ਹਰੇਕ ਨਾਲ ਜਾ ਕੇ। ਚਰਚਾ ਕਰਕੇ ਅੱਗੇ ਕੀ ਹੁੰਦਾ ਬਈ, ਗ੍ਰੰਥ ਖੋਹ ਲੈਣਾ ਦੂਏ ਦੇ, ਇਹ ਸ਼ਰਤ ਹੁੰਦੀ ਸੀ। ਉਹਦਾ ਨਾਂ ਹੀ ਲੋਕਾਂ ਨੇ ਸਰਬਾਜੀਤ ਰੱਖਤਾ, ਵੀ ਇਹਨੇ ਸਾਰੀ ਕੰਸ਼ੀ ਨੂੰ ਜਿੱਤ ਲਿਆ। ਕਈ ਵਾਰ ਨਾ ਕੋਈ ਮੂਰਖ ਜਿਹਾ ਪ੍ਰਾਣੀ ਹੁੰਦਾ, ਅੜੀਅਲ ਜਿਹਾ ਸਿਆਣਾ ਬੰਦਾ, ਉਹਨੂੰ ਦੇਖ ਕੇ ਉਹੀ ਹੱਥ ਬੰਨ ਦਿੰਦਾ, ਉਹਨੂੰ ਫਿਰ ਐਂ ਭਰਮ ਪੈ ਜਾਂਦਾ ਵੀ ਸਾਰੇ ਡਰਦੇ ਨੇ ਮੇਰੇ ਤੋਂ, ਇਹ ਹੈ ਭਰਮ ਹੀ ਉਹਦਾ। ਉਹ ਸਰਬਾਜੀਤ ਪੰਡਿਤ ਐਂ ਬੈਲ ਤੇ, ਪੰਡਿਤ ਲਾਦੇ ਉਹ ਬੈਲ, ਗ੍ਰੰਥ ਲੱਦੀ ਆਉਂਦਾ ਸਾਰਿਆਂ ਦੇ ਖੋਲੇ। ਜਦੋਂ ਆਪਣੇ ਘਰ 'ਚ ਪ੍ਰਵੇਸ਼ ਕੀਤਾ, ਉਹਦੀ ਮਾਤਾ ਨੇ ਨਾ ਉਹਨੂੰ ਦੇਖ ਕੇ ਐਂ ਮੱਥੇ 'ਤੇ ਹੱਥ ਧਰ ਲਿਆ, ਮੱਥੇ 'ਤੇ ਐਂ ਬੈਲ ਬੰਨਤਾ। ਕਹਿੰਦਾ ਮਾਤਾ, ਸਾਰੀ ਕੰਸ਼ੀ ਦੇ ਅੰਦਰ ਮੇਰੇ ਮੂਹਰੇ ਨਹੀਂ ਕੋਈ ਬੋਲਦਾ, ਕਿਉਂਕਿ ਜਿਹੜਾ ਭਜਨੀਕ ਪੁਰਸ਼ ਹੈ ਉਹ ਤਾਂ ਵਿਵਾਦ ਵਾਲੀ ਗੱਲ ਹੀ ਨਹੀਂ ਕਰਦਾ ਕਦੇ, ਜਿਹਦਾ ਮਨ ਜੁੜਿਆ। ਪਰ ਕਿਉਂਕਿ ਉਹ ਨਹੀਂ ਕਰਦਾ, ਸ਼ੌਕੀ ਸਾਰ ਸੁਹਾਗਣ ਜਾਣਾ,
ਜਿਹੜੀ ਸੁਹਾਗ ਬੰਤੀ ਹੈ ਉਹਨੂੰ ਸ਼ੌ ਦੀ ਸਾਰ ਦਾ ਪਤਾ। ਤੋਥੇ ਉਹ ਜਦ ਆਇਆ ਕਹਿੰਦਾ ਮਾਤਾ ਸਾਰੀ ਕਾਂਸ਼ੀ ਕੀ ਆਲੇ ਦੁਆਲੇ ਲਾਗੇ ਚ ਆਪਣੀ ਪਰਬਤਾ ਹੋ ਗਈ, ਲੋਕ ਕੰਨ ਭੰਨਦੇ ਨੇ ਮੇਰੇ ਨਾਲ ਕੋਈ ਗੱਲ ਨਹੀਂ ਕਰਦਾ, ਤੂੰ ਮੱਥੇ ਤੇ ਹੱਥ ਧਰੀ ਬੈਠੀ, ਮੇਰੇ ਹੁੰਦਿਆਂ ਤੈਨੂੰ ਦੁੱਖ ਕੀ ਹੋ ਗਿਆ। ਕਹਿੰਦੀ ਬੱਚਾ ਜਿਹੜੀ ਤੂੰ ਆ ਲੋਕਾਂ ਨਾਲ ਲੜਾਈਆਂ ਚਰਚਾ ਕਰਦਾ ਫਿਰਦਾ ਹੈ, ਵੇਦਾਂ ਸ਼ਾਸਤਰਾਂ ਦਾ ਕਿਤੇ ਇਹ ਉਪਦੇਸ਼ ਹੈ? ਮਹਾਰਾਜ ਵੀ ਕਹਿੰਦੇ ਨੇ ਨਾ, ਚਾਰ ਪੁਕਾਰੇ ਨਾ ਤੂੰ ਮਾਨੇ, ਖੱਟ ਪੀ ਏਕਾ ਬਾਤ ਬਖਾਨੇ, ਦਸ ਅਸ਼ਟੀ ਮਿਲ ਏਕੋ ਕਹਿਆ, ਤੋ ਪੀ ਜੋਗੀ ਭੇਦ ਨਾ ਲਹਿਆ। ਕਹਿੰਦਾ ਮਾਂ ਤੈਨੂੰ ਫਿਕਰ ਕੀ ਹੈ? ਕਹਿੰਦੀ ਐ ਸਰਬਾਜੀਤ, ਜਦ ਤੂੰ ਇਹ ਸਰੀਰ ਨੂੰ ਛੱਡ ਕੇ ਜਾਵੇਂਗਾ ਨਾ, ਆ ਜਿਹੜੀ ਤੂੰ ਹੁਣ ਪ੍ਰਭਤਾ ਇਕੱਠੀ ਕਰੀ ਫਿਰਦੇ, ਤਨ ਜੋਬਨ ਪ੍ਰਭਤਾ ਕੇ ਮਧਮੇ ਅਹਿਨਸ ਫਿਰੇ ਦੀਵਾਨਾ। ਕਹਿੰਦੀ ਅੱਗੇ ਜਦ ਧਰਮ ਰਾਜ ਦੇ ਹਿਸਾਬ ਕਿਤਾਬ ਹੋਣੇ ਨੇ, ਮੈਨੂੰ ਇੱਕ ਫਿਕਰ ਖਾਈ ਜਾਂਦਾ ਤੇ ਮੇਰੀ ਕੁੱਖੋਂ ਜਨਮ ਲਿਆ। ਐ ਬੱਚਾ ਨਰਕਾਂ ਨੂੰ ਜਾਵੇਂਗਾ, ਕਿਸੇ ਨੇ ਬਚਾਉਣਾ ਨਹੀਂ, ਨਰਕਾਂ ਨੂੰ ਜਾਵੇਂਗਾ, ਕਿਸੇ ਨੇ ਬਚਾਉਣਾ ਨਹੀਂ, ਨਰਕਾਂ ਨੂੰ ਜਾਵੇਂਗਾ, ਕਿਸੇ ਨੇ ਬਚਾਉਣਾ ਹੈ, ਨਰਕਾਂ ਨੂੰ ਜਾਵੇਂਗਾ, ਕਿਸੇ ਨੇ ਬਚਾਉਣਾ ਹੈ, ਹਿਸਾਬ ਕਿਤਾਬ ਹੁੰਦਾ। ਕਹਿੰਦਾ ਮਾਤਾ ਸਾਰੀ ਕਾਂਸ਼ੀ ਨੂੰ ਤਾਂ ਜਿੱਤੇ ਆਇਆ ਮੈਂ, ਉਹ ਜਿਹੜੀ ਮਾਤਾ ਸੀ ਉਹ ਭਗਤ ਕਬੀਰ ਜੀ ਦਾ ਸਤਸੰਗ ਕਰਦੀ ਹੁੰਦੀ ਸੀ ਤੇ ਨਾਮ ਜਪਦੀ ਸੀ, ਉਹਨਾਂ ਤੋਂ ਸ਼ਬਦ ਪੁੱਛਿਆ ਸੀ। ਕਹਿੰਦੀ ਕਬੀਰ ਜੀ ਨੂੰ ਜਿੱਤਿਆ ਫਿਰ ਮੈਂ ਵੀ ਮੰਨ ਲੂੰ,
ਇਹ ਚਲਿਆ ਗਿਆ। ਜਦ ਗਿਆ ਕਬੀਰ ਜੀ ਘਰ ਹੈਨੀ ਸੀ, ਜਾ ਕੇ ਪੁੱਛਦਾ ਹੈ ਕਬੀਰ ਜੀ ਦਾ ਘਰ ਹੀ ਹੈ। ਉਹਨਾਂ ਦੇ ਬੱਚੇ ਸੀ ਦੋ, ਇੱਕ ਕਮਾਲਾ ਤੇ ਕਮਾਲੀ। ਕਮਾਲੀ ਨਿਕਲਿਆ ਹੀ ਬਾਹਰ, ਕਹਿੰਦਾ ਬੱਚੀ ਕਬੀਰ ਜੀ ਦਾ ਘਰ ਹੀ ਹੈ। ਕਹਿੰਦੀ ਕਿਹੜਾ ਘਰ ਪੁੱਛਦੇ? ਕਬੀਰ ਕਾ ਘਰ ਸਿਖਰ ਪਰ। ਕਹਿੰਦੀ ਕਬੀਰ ਹੈ ਨਾ ਮੇਰੇ ਗੁਰੂ ਪਿਤਾ, ਤੂੰ ਕਿਹੜਾ ਘਰ ਪੁੱਛਦਾ ਹੈ? ਕਹਿੰਦਾ ਦੋ ਘਰ ਨੇ ਕਬੀਰ ਜੀ ਦੇ, ਘਰ ਇੱਕੋ ਹੀ ਹੁੰਦਾ ਜਿੱਥੇ ਇਨਸਾਨ ਰਹਿੰਦਾ। ਕਹਿੰਦੀ ਇਸ ਘਰ ਦੇ ਅੰਦਰ ਤਾਂ ਕਬੀਰ ਜੀ ਦਾ ਸਰੀਰ ਰਹਿੰਦਾ, ਪਰ ਜਿਹੜੀ ਨਿੱਜ ਆਤਮਾ ਉਹਨਾਂ ਦੀ ਜਿੱਥੇ ਨਿਵਾਸ ਕਰਦੀ ਹੈ ਨਾ, ਜਿੱਥੇ ਸੁਰਤ ਇਨਸਾਨ ਉੱਥੇ ਰਹਿੰਦਾ ਹੁੰਦਾ, ਜਿੱਥੇ ਉਹਦੀ ਸੁਰਤ ਹੁੰਦੀ ਹੈ, ਉਹਦੀ ਨਿਸ਼ਾਨੀ ਕੀ ਹੈ? ਇਹੜਾ ਪਿੰਗਲਾ ਸੁਖਮਨਾ ਨਾੜੀਆਂ ਨੇ, ਅਨਹਦ ਰਾਗ ਵੀ ਹੁੰਦੇ ਅਲਾਪ ਜਿੱਥੇ, ਅਨਹਦ ਰਾਗ ਵੀ ਹੁੰਦੇ ਅਲਾਪ ਜਿੱਥੇ। ਕਬੀਰ ਸਾਹਿਬ ਵੀ ਕਹਿੰਦੇ ਨੇ ਦਾਸ ਕਮੀਰ ਚੜਿਓ ਗੜ ਉੱਪਰ, ਰਾਜ ਲਿਓ ਅਵਨਾਸ਼ੀ। ਮੈਂ ਉਸ ਅਵਨਾਸ਼ੀ ਰਾਜ ਦੀ ਪ੍ਰਾਪਤੀ ਕਰ ਲਈ ਜਿਹਦਾ ਕਦੇ ਵਿਨਾਸ਼ ਨਹੀਂ ਹੁੰਦਾ। ਜਦ ਇਹਨੇ ਇਹ ਗੱਲ ਸੁਣੀ, ਕਹਿੰਦਾ ਇਹ ਤਾਂ ਮੇਰੇ ਵੇਦਾਂ 'ਚ ਨਹੀਂ ਹੈ ਗੱਲ। ਜਿਹਦੀ ਲੜਕੀ ਨੂੰ ਇੰਨਾ ਗਿਆਨ ਹੈ, ਕਬੀਰ ਜੀ ਨੂੰ ਕਿੰਨਾ ਹੋਵੇਗਾ? ਵਾਪਸ ਆ ਗਿਆ ਜਾਂ ਤੁਰਿਆ ਆਉਂਦਾ ਮੋੜ ਤੇ ਕਬੀਰ ਜੀ ਮਿਲ ਪਏ। ਕਹਿੰਦੇ ਭਾਈ ਪੰਡਿਤ ਜੀ ਕਿੱਥੋਂ ਆਏ ਹੋ? ਕਹਿੰਦੇ ਜੀ ਕਬੀਰ ਜੀ ਦੇ ਕਰ ਗਿਆ ਸੀ, ਪਰ ਲੜਕੀ ਉਹ ਬਹੁਤ ਉੱਚੇ ਬਚਨ ਬੋਲਦੀ ਹੈ, ਮੈਨੂੰ ਮੇਰੀ ਮਾਤਾ ਨੇ ਭੇਜਿਆ। ਕਬੀਰ ਜੀ ਕਹਿੰਦੇ ਮੇਰੀ ਲੜਕੀ ਨੂੰ ਤਾਂ ਸਲੋਕ ਇਹ ਦੋ ਆਉਂਦੇ ਨੇ, ਉਹ ਸੁਣਾ ਕੇ ਹਰੇਕ ਨੂੰ ਹੀ ਡਰਾ ਦਿੰਦੀ ਹੈ। ਜਿਹੜਾ ਪਿੰਗਲਾ ਸੁਖਮਨਾ ਨਾੜੀਆਂ ਰਾਗ ਵੀ ਹੁੰਦੇ ਲਾਭ ਜਿੱਥੇ। ਕਹਿੰਦਾ ਹਾਂਜੀ ਆਹੀ ਕਿਹਾ। ਕਹਿੰਦੇ ਆ ਜਾ। ਕਹਿੰਦੇ ਜੀ ਮੇਰੀ ਮਾਤਾ ਕਹਿੰਦੀ ਹੈ ਮੈਂ ਸਾਰੀ ਕਾਸ਼ੀ ਇਲਾਕੇ ਨੂੰ ਜਿੱਤ ਲਿਆ, ਵੀ ਕਬੀਰ ਜੀ ਨੂੰ ਜਿੱਤਿਆ। ਕਬੀਰ ਜੀ ਕਹਿੰਦੇ ਅਸੀਂ ਤਾਂ ਪੜ੍ਹੇ ਹੀ ਨਹੀਂ ਹੋਏ, ਅਸੀਂ ਤਾਂ ਅੱਖਰ ਹੀ ਦੋ ਸਿੱਖੇ ਨੇ ਰਾਰਾ ਤੇ ਮੰਮਾ ਰਾਮ ਗੁਰੂ ਦੇ ਦਿੱਤੇ ਵੇ, ਇੱਕ ਅੱਖਰ ਜਿਨ੍ਹਾਂ ਦਾ ਐਂ ਸਿਮਰਨ ਚੱਲਦਾ ਹੈ ਹਰ ਮਨ ਵਸਤ ਨਾਨਕ ਹੋਤ ਨਿਹਾਲ। ਮਨ ਮੰਦਰ ਤਨ ਬੇਸ ਕਲੰਦਰ ਘਟ ਹੀ ਤੀਰਥ ਨਾਵਾਂ, ਏਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ, ਜਨਮ ਨਾਮ ਕਿਤੇ ਦੁਬਾਰੇ 9 ਮਹੀਨੇ ਪੁੱਠਾ ਨਾ ਲਮਕਣਾ ਪੈ ਜੇ। ਸੱਜਣੋ ਬੜਾ ਔਖਾ ਜੀਵਨ ਮਿਲਿਆ ਹੈ, ਅਦਵੈਸ਼ਾਂ ਦੇ ਅੰਦਰ, ਈਰਖਾ ਦੇ ਅੰਦਰ, ਮੈਂ ਮੇਰੀ ਦੇ ਅੰਦਰ ਘਾਟੇ ਦਾ ਵਪਾਰ ਕਰੀ ਜਾਂਦੇ ਹਾਂ। ਉਸ ਵੇਲੇ ਕਹਿੰਦੇ ਜੀ ਫਿਰ ਮੇਰੀ ਮਾਂ ਨੇ ਉਹ ਤਾਂ ਮੰਨਣਾ ਨਹੀਂ, ਲਿਖ ਕੇ ਦੇ ਦਿਓ ਵੀ ਕਬੀਰ ਜੀ ਹਾਰ ਕੇ ਸਰਬਾ ਜੀਤ ਜਿੱਤ ਗਿਆ। ਕਬੀਰ ਸਾਹਿਬ ਕਹਿੰਦੇ ਜੇ ਲਿਖਣਾ ਆਉਂਦਾ ਹੁੰਦਾ ਫਿਰ ਤੇਰੇ ਨਾਲ ਚਰਚਾ ਹੀ ਕਰ ਲੈਂਦੇ, ਸਾਨੂੰ ਤਾਂ ਲਿਖਣਾ ਹੀ ਨਹੀਂ ਆਉਂਦਾ, ਤੂੰ ਲਿਖ ਲੈ। ਉਹਨੇ ਲਿਖ ਲਿਆ। ਕੀ ਲਿਖਿਆ? ਸਰਬਾ ਜੀਤ ਜਿੱਤ ਗਿਆ, ਕਬੀਰ ਜੀ ਹਾਰ ਗਿਆ। ਲੈ ਗਿਆ ਘਰੇ, ਜਦ ਪਰਚੀ ਕੱਢੀ
ਉਹਦੀ ਮਾਂ ਵੀ ਪੜ੍ਹੀ ਵੀ ਸੀ ਥੋੜ੍ਹਾ ਜਿਹਾ। ਉਹ 'ਤੇ ਲਿਖਿਆ ਹੋਇਆ ਕਬੀਰ ਜੀ ਜਿੱਤ ਗਏ ਸਰਬਾਜੀਤ ਹਾਰ ਗਿਆ। ਕਹਿੰਦਾ ਲਿਖਣ 'ਚ ਕੋਈ ਗਲਤੀ ਹੋ ਗਈ, ਵਾਪਸ ਆ ਗਿਆ। ਤਾਂ ਕਹਿੰਦਾ ਜੀ ਕੋ ਲਿਖਣ 'ਚ ਗਲਤੀ ਪੈ ਗਈ। ਕਹਿੰਦੇ ਹੋਰ ਲਿਖ ਲੈ ਭਾਈ, ਦੋ ਵਾਰ ਲਿਖ ਲੈ, ਦੂਜੀ ਵਾਰੀ ਲਿਖ ਲਿਆ, ਫਿਰ ਚਲਿਆ ਗਿਆ, ਫਿਰ ਅੱਖਰ ਬਦਲ ਗਏ, ਤੀਜੀ ਵਾਰੀ ਫਿਰ ਲਿਖ ਲਿਆ, ਸੱਤ ਵਾਰੀ ਲਿਖ ਕੇ ਲੈ ਗਿਆ ਅੱਖਰ ਫਿਰ ਬਦਲ ਕੇ, ਦਿਮਾਗ ਟਿਕਾਣੇ ਆ ਗਿਆ ਕੋਈ ਵਿੱਦਿਆ ਹੋਰ ਹੈ ਇਸ ਵਿੱਦਿਆ ਤੋਂ ਬਿਨਾਂ। ਆ ਕੇ ਭਗਤ ਜੀ ਦੇ ਚਰਨੀ ਮਾਤਾ ਵੀ ਨਾਲ ਆ ਗਈ। ਕਹਿੰਦਾ ਮਹਾਰਾਜ ਇਹ ਕਿਹੜੀ ਵਿੱਦਿਆ ਹੈ, ਇਹ ਕਿਹੜੀ ਤਾਕਤ ਹੈ ਜਿਹੜੀ ਜਪਾਂ ਤਪਾਂ ਕਰਨ ਤੋਂ ਬਾਅਦ ਕੋਈ ਸ਼ਕਤੀ ਆਉਂਦੀ ਹੈ। ਕਹਿੰਦੇ ਮਹਾਰਾਜ ਇਹ ਤਾਕਤ ਕਿਹੜੀ ਹੈ? ਕਹਿੰਦੇ ਹੁਣ ਦੱਸੀਏ, ਤੂੰ ਵੇਦਾਂਤ ਕਹੀ ਜਾਂਦਾ ਮੈਨੂੰ ਆਹ ਵੇਦ, ਮੈਨੂੰ ਫਲਾਣੇ ਗ੍ਰੰਥ ਚਾਹ ਲਿਖਿਆ, ਤਿਮਕੇ ਚਾਹ ਲਿਖਿਆ। ਕਹਿੰਦੇ ਵੇਦਾਂਤ ਦੇ ਅਰਥ ਨੇ ਜਿੱਥੇ ਵੇਦਾਂ ਦਾ ਅੰਤ ਹੋ ਕੇ ਇੱਕ ਸ਼ਬਦ ਦੇ ਅੰਦਰ ਇਹਦੀ ਸੁਰਤੀ ਰਮ ਜੇ। ਐ ਸਰਬਾਜੀਤ ਕੀ ਕਰ ਹੁਣ, ਸਭ ਇਲਮ ਕਤੇ ਪਾਂ ਠੱਪ ਕਰ ਦੇ, ਇਲਮ ਕਤੇ ਪਾਂ ਠੱਪ ਕਰ ਦੇ, ਕਬੀਰ ਜੀ ਕਹਿੰਦੇ ਐ ਸਰਬਾਜੀਤ ਤੈਂ ਬੜੇ ਗ੍ਰੰਥ ਖੋਜੇ, ਗ੍ਰੰਥ ਪੜ੍ਹਨਾ ਕੋਈ ਮਾੜਾ ਨਹੀਂ ਹੈ, ਪਰ ਗ੍ਰੰਥਾਂ ਦੇ ਅਨੁਸਾਰ ਆਪਦੇ ਜੀਵਨ ਨੂੰ ਢਾਲਣਾ ਤੈਂ ਸਿਮਰਨ ਨਹੀਂ ਕੀਤਾ। ਪ੍ਰਭ ਕਹਿ ਸਿਮਰਨ ਅਨਹਦ ਚੁਨ ਘਾਤ, ਜਦ ਤੈਂ ਸਿਮਰਨ ਨਹੀਂ ਕੀਤਾ ਤੈਨੂੰ ਦੇਸ਼ ਕਾਲ ਤੇ ਵਸਤੂ ਹੀ ਨਹੀਂ ਭੁੱਲੀ, ਤੈਨੂੰ ਉਹ ਮੰਜ਼ਲ ਦੀ ਕਿਵੇਂ ਪ੍ਰਾਪਤੀ ਹੋਵੇ? ਹੁਣ ਤੂੰ ਗੁਰੂ ਧਾਰ ਲੈ, ਗੁਰੂ ਸਭ ਇਲਮ ਦੇ ਠੱਪ ਕਰਦੇ, ਤੈਨੂੰ ਫਿਰ ਕੋਈ ਬਹੁਤੀਆਂ ਪੂਜਾ ਕਰਨ ਦੀ ਲੋੜ ਨਹੀਂ ਪੈਣੀ। ਕਦ ਪਰ ਤੈਨੂੰ ਹੋਰ ਪੂਜਾ ਨਾ ਪਵੇ ਕਰਨੀ, ਕਰਕੇ
ਤੇਰੇ ਗੁਰੂ ਨੇ ਦੇਣਾ ਨਾ, ਜਿਵੇਂ ਸਾਨੂੰ ਵੀ ਜਦ ਅਸੀਂ ਅੰਮ੍ਰਿਤ ਪਾਨ ਕਰਦੇ ਹਾਂ, ਪੰਜ ਪਿਆਰੇ ਸਹਿਮਾਨ ਅੰਮ੍ਰਿਤ ਛਕਾਉਣ ਵੇਲੇ ਪੰਜ ਬਾਣੀਆਂ ਦਾ ਨਿਤਨੇਮ ਗੁਰਮੰਤਰ ਮੂਲ ਮੰਤਰ ਦਾ ਅਭਿਆਸ, ਸਾਡੀ ਤਾਂ ਪੁੱਛਦਿਆਂ ਦੀ ਉਹ ਜ਼ਿੰਦਗੀ ਲੰਘ ਜਾਂਦੀ ਹੈ। ਕਿਵੇਂ ਬੈਠਾਂ ਕੀ ਕਰਾਂ, 2.5 ਘੰਟੇ ਸਿਮਰਨ ਜ਼ਰੂਰੀ ਦੱਸਿਆ। ਸੰਤ ਮਹਾਰਾਜ ਰਾੜਾ ਸਾਹਿਬ ਵਾਲੇ ਕੋਲ ਅਸਥਾਨ ਬਣਿਆ, ਇਹ ਵੀ ਅਸਥਾਨ ਸੰਤ ਮਹਾਰਾਜ ਕਿਰਪਾਲ ਸਿੰਘ ਜੀ ਛੰਨਾ ਵਾਲੇ, ਕਿੰਨੇ ਸਰੂਪ ਦੇਖੋ, ਐਂ ਮਾਲਾ ਉਹਨਾਂ ਦੀ ਹੱਥ ਦੇ ਅੰਦਰ ਹੈ, ਉਹਨਾਂ ਦੇ ਐਂ ਜਾਪ ਚੱਲਦੇ ਨੇ ਉਹਨਾਂ ਮਹਾਂਪੁਰਸ਼ਾਂ ਦੇ, ਇਹ ਜਿਨ੍ਹਾਂ ਨੇ ਜਾਪ ਕੀਤੇ ਨੇ ਉਹਨਾਂ ਨੂੰ ਪਤਾ ਉਸ ਆਨੰਦ ਦੀ ਪ੍ਰਾਪਤੀ। ਕੈਸੇ ਕੈਸੇ ਮਹਾਂਪੁਰਸ਼ ਹੈ ਜਿਨ੍ਹਾਂ ਨੇ ਸਾਲ ਸਾਲ ਭਰ ਸੂਰਜ ਨਹੀਂ ਦੇਖਿਆ ਹੈ, ਉਹਨਾਂ ਦੇ ਅੰਦਰ ਉਹ ਆਨੰਦ ਦੀ ਪ੍ਰਾਪਤੀ ਹੁੰਦੀ ਹੈ। ਸਰਬਾਜੀਤ ਬਸ ਕਹਿੰਦਾ ਮਹਾਰਾਜ ਹੁਣ ਮੈਂ ਹੋਰ ਕਿੱਥੇ ਜਾਣਾ, ਬਸ ਮੇਰੇ ਤਾਂ ਕਿਰਪਾ ਕਰਕੇ ਮੈਨੂੰ ਨਾਮ ਸ਼ਬਦ ਦੇ ਦਿਓ। ਕਬੀਰ ਜੀ ਦਾ ਹੀ ਸੇਵਕ ਬਣਿਆ ਮਹਾਂਪੁਰਸ਼ਾਂ ਨੇ, ਕਿੰਨੇ ਲੰਮੇ ਸਮੇਂ ਕਹਿ ਦਿਨ ਹੋ ਗਏ ਸਮਾਗਮ ਚੱਲਦੇ ਨੂੰ, ਸੰਤ ਬਾਬਾ ਬਲਜੀਤ ਸਿੰਘ ਜੀ ਔਰ ਕਿੰਨੇ ਮਹਾਂਪੁਰਸ਼ ਸਾਡੇ ਕਿਸ਼ਨਗੜ੍ਹ ਛੰਨਾ ਸੰਤ ਮਹਾਰਾਜ ਕਿਰਪਾਲ ਸਿੰਘ ਜੀ ਦੇ ਸਥਾਨ ਤੋਂ ਬਾਬਾ ਗੁਰਮੁਖ ਸਿੰਘ ਜੀ, ਨਾਲ ਹੀ ਪੈਣੀ ਬਿਲਡਿੰਗਾਂ ਵਾਲੇ ਮਹਾਂਪੁਰਸ਼ ਬਾਬਾ ਭਰਪੂਰ ਸਿੰਘ ਜੀ, ਸੇਖੇ ਵਾਲੇ ਬਾਬਾ ਨਛੱਤਰ ਸਿੰਘ ਜੀ, ਹੋਰ ਕਿਤਨੇ ਸਾਧੂ, ਮੈਂ ਸਾਰਿਆਂ ਦੇ ਨਾਮ ਵੀ ਨਹੀਂ ਜਾਣਦਾ। ਸਾਰੇ ਮਹਾਂਪੁਰਸ਼ਾਂ ਦੇ ਚਰਨਾਂ ਦੇ ਅੰਦਰ ਕਰੋੜਾਂ ਵਾਰ ਨਮਸਕਾਰ ਹੈ। ਆਪਾਂ ਨੂੰ ਵੀ ਚਾਹੀਦਾ ਵੀ ਦੀਵਾਨ ਸੁਣ ਲਏ, ਬੜਾ ਲੰਮਾ ਸਮਾਂ ਲੰਘ ਗਿਆ, ਅੱਛਾ ਕਰਮ ਹੈ, ਪਰ ਆਪਣੀ ਕਮਾਈ ਕਰੋ, ਅੰਮ੍ਰਿਤ ਵੇਲੇ ਉੱਠੋ, ਇਸ਼ਨਾਨ ਕਰੋ, ਸਿਮਰਨ ਕਰੋ। ਜਦ ਅਸੀਂ ਵੀ ਧਿਆਨ ਵਿੱਚ ਜੁੜਨ ਲੱਗ ਜਾਂਗੇ, ਸਾਡੇ ਵੀ ਝਗੜੇ ਮੁੱਕ ਜਾਣਗੇ, ਝਗੜਾ ਏਕ ਨਵੇੜੋ ਰਾਮ ਨਿਬੜ ਜਾਏਗਾ। ਮਿੰਟ ਦੋ ਰਹਿੰਦੇ ਨੇ, ਉਹਦੀ ਕੀ ਮੰਜ਼ਿਲ ਹੋ ਗਈ, ਬਸ ਆਹੀ ਧਾਰਨਾ ਪੜ੍ਹਨੀ ਹੈ। ਸਮਾਂ ਆਗਿਆ ਨਹੀਂ ਦੇ ਰਿਹਾ, ਕਬੀਰ ਹੋ ਗਿਆ, ਕਬੀਰ ਸਤਿਗੁਰ ਸੂਰਮੇ ਬਾਹਿਆ ਬਾਣ ਜੋ ਏਕ, ਲਾਗਤ ਹੀ ਪੋਏ ਗਿਰ ਪਰਿਆ, ਪਰਿਆ ਕਲੇ ਜੇ ਸ਼ੇਕ, ਮੇਰੇ ਤਾਂ ਸ਼ੇਕ ਕਿਹੜੇ ਜੇ ਵਿੱਚ ਪੈ ਗਿਆ, ਗੁਰਾਂ ਨੇ ਐਸਾ ਬਾਣ ਮਾਰਿਆ, ਮੇਰੇ ਸ਼ੇਕ ਕਿਹੜੇ ਜੇ ਵਿੱਚ ਪੈ ਗਿਆ, ਗੁਰਾਂ ਨੇ ਕਰੇ।
ਗਰਾਈਆਂ ਦੇ ਸੰਤ ਰਣਜੀਤ ਸਿੰਘ ਜੀ ਬਰਕਤ ਦਬਲਾਨ ਹੀ ਰਹੇ ਨੇ ਮਹਾਰਾਜ ਦੇ ਚਰਨਾਂ 'ਚ ਰਾੜੇ ਸਾਹਿਬ ਵਾਲਿਆਂ ਦੇ। ਉਹ ਕਹਿੰਦੇ ਮੰਗਿਆਲ ਸੰਤ ਮਹਾਰਾਜ ਨੇ ਧਾਰਨਾ ਪੜ੍ਹਤੀ, ਕਹਿੰਦੇ ਮਾਈ ਮਸਤਾਨੀ ਹੁੰਦੀ ਸੀ, ਕੋ ਸੱਚੀ ਮਸਤਾਨੀ ਸੀ, ਕਹਿੰਦੇ ਬੋਲੇ ਹੀ ਨਾ, ਕਹਿੰਦੇ ਬਚਤ ਹੀ ਨਾ ਕਰੇ, ਕਹਿੰਦੇ ਸਿੱਖਿਆ ਗੁਰਪੈਣ ਕੀ ਗੱਲ ਹੋ ਗਈ, ਕਹਿੰਦੀ ਸੰਤ ਮਹਾਰਾਜ ਨੇ ਧਾਰਨਾ ਕਾਹਦੀ ਪੜੀ ਹੈ, ਕਾਲਜਾ ਹੀ ਪਾੜ ਦਿੱਤਾ ਬੋਲੋ ਸਤਨਾਮ। ਮਨ ਬੈਰਾਗੀ ਹੋ ਜਾਂਦਾ ਬੈਰਾਗ ਦੇ ਬਚਨ ਸੁਣ ਕੇ, ਹੋਈਆਂ ਬੁੱਲਾਂ ਚੁੱਕਾਂ ਦੀ ਖੇਮਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਰਜਨੀਸ਼ ਸਿੰਘ ਜੀ ਨੱਥੂ ਮਾਜਰੇ ਵਾਲਿਆਂ ਦਾ, ਜਿਨ੍ਹਾਂ ਨੇ ਪਹਿਲਾਂ ਵੀ ਸਮਾਗਮ ਦੇ ਵਿੱਚ ਹਾਜ਼ਰੀ ਭਰੀ ਅਤੇ ਅੱਜ ਵੀ ਹਾਜ਼ਰੀ ਭਰ ਕੇ ਸੰਗਤਾਂ ਨੂੰ ਗੁਰ ਇਤਿਹਾਸ ਗੁਰਬਾਣੀ ਦੇ ਵਿਚਾਰਾਂ ਸੁਣਾ ਕੇ ਨਿਹਾਲ ਕੀਤਾ। ਹੁਣ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਕਲਿਆਣ ਵਾਲੇ, ਉਹ ਸ਼੍ਰੀਮਾਨ ਸੰਤ ਬਾਬਾ ਰਜਨੀਸ਼ ਸਿੰਘ ਜੀ ਨੂੰ ਸੁਰਪੇ ਦੀ ਬਖਸ਼ਿਸ਼ ਕਰਨਗੇ। ਸੰਤ ਬਾਬਾ ਨਿਸ਼ਾਬਰ ਸਿੰਘ ਜੀ ਕਲਿਆਣ ਵਾਲੇ ਬੋਲੇ ਸੋ ਨਿਹਾਲ। ਹੁਣ ਬੇਨਤੀ ਹੈ ਸਾਡੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਮੂੰਡਖੜੇ ਵਾਲਿਆਂ ਨੂੰ ਕਿ ਉਹ 10 ਮਿੰਟ ਵਾਸਤੇ ਹਾਜ਼ਰੀ ਭਰਨ, ਕਿਉਂਕਿ ਬੇਨਤੀ ਪ੍ਰਵਾਨ ਕਰਨ ਸਮਾਂ ਬਹੁਤ ਹੀ ਘੱਟ ਹੈ ਅਤੇ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਵੀ, ਸ਼੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਜਸਪਾਲ ਸਿੰਘ ਜੀ, ਸ਼੍ਰੀਮਾਨ ਸੰਤ ਬਾਬਾ ਸਰੂਪ ਸਿੰਘ ਜੀ ਚੰਡੀਗੜ੍ਹ ਵਾਲੇ, ਸਾਰੇ ਜਥਿਆਂ ਨੇ ਭਾਈ ਹਾਜ਼ਰੀ ਭਰਨੀ ਹੈ 10 ਮਿੰਟ ਵਾਸਤੇ। ਸੰਤ ਬਾਬਾ ਜਸਵੀਰ ਸਿੰਘ ਜੀ ਮੂੰਡਖੜੇ ਵਾਲੇ, ਉਹਨਾਂ ਤੋਂ ਉਪਰੰਤ ਸ਼੍ਰੀਮਾਨ ਸੰਤ ਬਾਬਾ ਭਰਪੂਰ ਸਿੰਘ ਜੀ ਸੇਖੇ ਵਾਲੇ, ਅਤੇ ਫਿਰ ਸ਼੍ਰੀਮਾਨ ਸੰਤ ਬਾਬਾ ਨਿਸ਼ਾਬਰ ਸਿੰਘ ਜੀ ਕਲਿਆਣ ਵਾਲੇ ਹਾਜ਼ਰੀ ਭਰਨਗੇ। ਜੋ ਬੇਨਤੀ ਹੈ ਭਾਈ ਆਪਣਾ ਮੈਡੀਕਲ ਕੈਂਪ ਡਾਕਟਰ ਹਰਵਿੰਦਰ ਸਿੰਘ ਜੀ MBBS MD ਉਹ ਸਾਡੇ ਕੋਲ ਪਹੁੰਚੇ ਹੋਏ ਨੇ। ਜਿਹੜੀਆਂ ਵੀ ਸੰਗਤਾਂ ਨੇ ਕਿਸੇ ਵੀ ਤਰ੍ਹਾਂ ਦੀ ਭਾਈ ਬਿਮਾਰੀ ਦਾ ਇਲਾਜ ਕਰਵਾਉਣਾ, ਉਹ ਫ੍ਰੀ ਮੈਡੀਕਲ ਕੈਂਪ ਲੱਗ ਰਿਹਾ, ਜੋ ਮਾਸਟਰ ਜੀ ਦਾ ਡਿਊਟੀ ਦੇ ਨਾਲ ਕਮਰਾ, ਉੱਥੇ ਜਾ ਕੇ ਦਵਾਈ ਲੈ ਸਕਦੇ ਨੇ। ਡਾਕਟਰ ਹਰਵਿੰਦਰ ਸਿੰਘ ਜੀ MBBS MD ਪਟਿਆਲੇ ਤੋਂ ਭਾਈ ਸਪੈਸ਼ਲ ਡਾਕਟਰ ਪਹੁੰਚੇ ਨੇ। ਕਿਸੇ ਵੀ ਤਰ੍ਹਾਂ ਦੀ ਦਵਾਈ ਦਾ ਫ੍ਰੀ ਮੈਡੀਕਲ ਕੈਂਪ ਲਗਾਇਆ ਜਾ ਰਿਹਾ, ਉਹ ਲਾਹੇ ਲਓ। ਅਤੇ ਜੋ ਸ਼੍ਰੀ ਅਖੰਡ ਪਾਠ ਸਾਹਿਬ ਆਪਣੇ ਸਥਾਨ 'ਤੇ ਹੋਏ ਨੇ, 100 ਅਖੰਡ ਪਾਠ ਸਾਹਿਬ ਸ਼੍ਰੀ ਅਖੰਡ ਪਾਠ ਹੋਏ ਨੇ, ਜਿਹੜੀਆਂ ਸੰਗਤਾਂ ਨੇ ਪਾਠ ਕਰਵਾਏ ਨੂੰ ਆਪਣੇ ਪ੍ਰਸ਼ਾਦ ਡਿਊਟੀ ਦੇ ਨਾਲ ਹੀ ਕਮਰਾ ਭਾਈ ਉੱਥੋਂ ਲੈਣ ਦੀ ਕਿਰਪਾਲਤਾ ਕਰਨੀ। ਅਤੇ ਹੁਣ ਬਾਬਾ ਜਸਵੀਰ ਸਿੰਘ ਜੀ ਮੁੰਡਖੜੇ ਵਾਲੇ 10 ਮਿੰਟ ਵਾਸਤੇ ਸੰਗਤਾਂ ਨੂੰ ਹਰ ਜਸ ਨਾਲ ਸਰਵਣ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇਰਾ ਨਾਮ ਜਪ
ਸਰਦਾਵਰ ਕੀ ਰਾਜ ਦਾਸ ਹੈ ਕੁਛ ਲੋਕ ਕਾ
ਹਰ ਸੰਤਨ ਕੀ ਸੂਏ। ਪਰਮ ਸਤਿਕਾਰ ਯੋਗ ਸਤਿਗੁਰਾਂ ਦੀ ਸਾਡੀ ਅਤੇ ਨਿਵਾਜੀ ਹੋਈ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਪਿਆਰੀ ਸਾਧ ਸੰਗਤ ਜੀਓ, ਸਾਰੇ ਹੀ ਗੱਜ ਗੱਜ ਕੇ ਗੁਰਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਆਪਣੇ ਸਾਰਿਆਂ ਦੇ ਅਹੋ ਭਾਗ ਹਨ ਜਿਨ੍ਹਾਂ ਨੂੰ ਸ਼ਹਿਨਸ਼ਾਹ ਸਤਿਗੁਰੂ ਧੰਨ 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 ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਛਤਰ ਛਾਇਆ ਹੇਠ ਉਦਮ ਉਪਰਾਲਾ ਪ੍ਰੇਰਨਾ ਸ਼੍ਰੀ ਮਾਨ ਸੰਤ ਬਾਬਾ ਬਲਜੀਤ ਸਿੰਘ ਜੀ ਮਹਾਂਪੁਰਖਾਂ ਦੀ ਸਹਿਯੋਗ ਸਾਰੀਆਂ ਸੰਗਤਾਂ ਦਾ, ਸ਼੍ਰੀ ਮਾਨ ਸੰਤ ਬਾਬਾ ਨਾਹਰ ਸਿੰਘ ਜੀ ਮਹਾਰਾਜ ਜੀਆਂ ਦੀ ਸਲਾਨਾ ਬਰਸੀ ਔਰ ਸ਼੍ਰੀ ਮਾਨ ਸੰਤ ਬਾਬਾ ਬੰਤ ਸਿੰਘ ਜੀ ਮਹਾਂਪੁਰਖਾਂ ਦੀ ਸਲਾਨਾ ਬਰਸੀ ਦੇ ਸੰਬੰਧ ਵਿੱਚ ਤਕਰੀਬਨ ਇੱਕ ਮਹੀਨਾ ਹੋ ਗਿਆ ਹੈ ਤੁਰਕੀ ਜਾਂ ਅਕਾਲੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬਾਂ ਦੀ ਲੜੀ ਪ੍ਰਾਰੰਭ ਲਗਾਤਾਰ ਬਾਣੀ ਦੇ ਪ੍ਰਭਾਵ ਔਰ ਚਾਰ ਪੰਜ ਦਿਨਾਂ ਤੋਂ ਬਹੁਤ ਸਾਰੇ ਮਹਾਂਪੁਰਖ ਜਿਨ੍ਹਾਂ ਨੇ ਆਪ ਜੀਆਂ ਨੂੰ ਮਹਾਂਪੁਰਖਾਂ ਦੀ ਸੰਗਤ ਦੇ ਵਿੱਚੋਂ ਸਾਧ ਸੰਗਤ ਜੀ ਦਾ ਉਹਨਾਂ ਨੂੰ ਪਤਾ ਹੈ ਜਿਨ੍ਹਾਂ ਨੇ ਮਾਣੀ ਹੁੰਦੀ ਹੈ ਮਹਾਂਪੁਰਖਾਂ ਦੀ ਸੰਗਤ, ਜਿਨ੍ਹਾਂ ਨੇ ਮਹਾਂਪੁਰਖਾਂ ਦੀ ਸੰਗਤ ਨਹੀਂ ਮਾਣੀ ਹੈ ਸੰਗਤ ਵਿੱਚ ਰਹੇ ਨੇ ਉਹਨਾਂ ਨੂੰ ਪਤਾ ਵੀ ਕਿਵੇਂ ਲੱਗੇ। ਉਹ ਆਨੰਦ ਉਹ ਨਜ਼ਾਰਾ ਉਹ ਖੇੜੇ ਇਹਦਾ ਸੰਤ ਬਾਬਾ ਨਛੱਤਰ ਸਿੰਘ ਜੀ ਸੰਤ ਬਾਬਾ ਨਿਸ਼ਾਵਰ ਸਿੰਘ ਜੀ ਬੈਠੇ ਨੇ, ਸੰਤ ਬਾਬਾ ਬਲਜੀਤ ਸਿੰਘ ਇਹਨਾਂ ਨੂੰ ਪਤਾ ਹੈ ਔਰ ਸੰਤ ਬਾਬਾ ਭਰਪੂਰ ਸਿੰਘ ਜੀ ਸੇਖੇ ਵਾਲੇ ਮਹਾਂਪੁਰਖ ਬੈਠੇ ਨੇ ਇਹਨਾਂ ਨੂੰ ਪਤਾ ਹੈ ਕਿ ਜੋ ਆਨੰਦ ਇਹਨਾਂ ਨੇ ਸ਼੍ਰੀ ਮਾਨ ਸੰਤ ਬਾਬਾ ਨਾਰਾਇਣ ਸਿੰਘ ਜੀ ਮੋਹਾਲੀ ਵਾਲੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਰਹਿ ਕੇ ਉਹ ਮਾਣਿਆ ਹੈ। ਜਿਹੜੇ ਜਿਹੜੇ ਮਹਾਂਪੁਰਖਾਂ ਨੇ ਮਹਾਂਪੁਰਖਾਂ ਦੀ ਸੰਗਤ ਕੀਤੀ ਉਹ ਆਨੰਦ ਉਹ ਨਜ਼ਾਰਾ ਤਾਂ ਉਹਨਾਂ ਨੂੰ ਇਹ ਪਤਾ ਹੁੰਦਾ, ਪਰ ਹੈ ਬੜਾ ਔਖਾ ਗੁਰਪੀਰਾਂ ਕੀ ਚੱਕਰੀ ਮਹਾਂਕਰਣੀ ਸੁਖ ਸਾਰ
ਮਹਾਂਕਰੜੀ ਹੈ, ਮਹਾਂਪੁਰਖ ਦੇ ਕੋਲ ਮਹਾਂਪੁਰਖ ਦੀ ਸੰਗਤ 'ਚ ਰਹਿਣਾ ਇੰਨਾ ਸੌਖਾ ਵੀ ਨਹੀਂ ਹੁੰਦਾ, ਪਰ ਜਿਹੜਾ ਰਹਿ ਜਾਂਦਾ ਉਹਨੂੰ ਫਿਰ ਉਹ ਬਖਸ਼ਿਆਂ ਨਾਲ ਭਰ ਦਿੰਦੇ ਨੇ। ਪਰ ਇਹ ਸਾਧ ਸਿੰਘ ਜੀ ਗੱਲਾਂ ਬਾਤਾਂ ਦਾ ਵਿਸ਼ਾ ਨਹੀਂ ਹੈ, ਇਹ ਹੈ ਕਮਾਈ ਦਾ ਵਿਸ਼ਾ। ਸੰਤ ਬਾਬਾ ਨਛੱਤਰ ਸਿੰਘ ਜੀ ਪਹਿਲਾਂ ਸੁਣਾ ਰਹੇ ਸੀ, ਸੰਤ ਬਾਬਾ ਨਾਰ ਸਿੰਘ ਜੀ ਦੇ ਜੀਵਨ ਬਾਬਤ, ਕਿ ਜਦੋਂ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਂਪੁਰਖਾਂ ਦੀ ਸੰਗਤ ਵਿੱਚ ਆਏ ਨਾ, ਭਾਵੇਂ ਪਹਿਲਾਂ ਦਾ ਜੀਵਨ ਸਾਰੇ ਆਪਾਂ ਜਾਣਦੇ ਹਾਂ ਉਹਨਾਂ ਦਾ, ਕਹਿੰਦੇ ਨਾਲ ਦੇ ਹੋਰ ਲੋਕ ਬੜੀਆਂ ਗੱਲਾਂ ਬਣਾਉਂਦੇ ਸੀ, ਬੜਾ ਕੁਛ ਬੋਲਦੇ ਸੀ, ਪਰ ਉਹਨਾਂ ਨੇ ਮਹਾਂਪੁਰਖਾਂ ਦਾ ਬਚਨ ਕਮਾ ਲਿਆ, ਲੋਕਾਂ ਦੀ ਦੁਨੀਆਂ ਦੀ ਪਰਵਾਹ ਨਹੀਂ ਕੀਤੀ। ਉਸਤਤ ਨਿੰਦਾ ਦੋ ਤਿਆਗ ਖੋਜੈ ਪਦ ਨਿਰਬਾਨਾ, ਇਹਦਾ ਫਿਰ ਦੋਨੇ ਹੀ ਤਿਆਗਣੀਆਂ ਪੈਂਦੀਆਂ ਨੇ। ਜਿਵੇਂ ਉਹ ਵੀ ਦੱਸ ਰਹੇ ਸੀ ਵੀ ਆ ਨਿੰਦਿਆਂ ਨੂੰ ਜਿਹੜੀ ਉਸਤਤ ਵਾਲਾ ਇਹ ਬਹੁਤ ਵੱਡਾ ਹੈ, ਇਹ ਉਦੋਂ ਵੀ ਵੱਡੀ ਰੁਕਾਵਟ ਹੈ, ਇਹ ਵੀ ਛੱਡਣਾ ਪੈਂਦਾ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਵਾਸਤੇ, ਨਹੀਂ ਤਾਂ ਇਹ ਦੋਨੇ ਹੀ। ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਗ ਸੋ ਕਹਾਵੈ, ਤੈਸਾ ਹਰਖ ਤੈਸਾ ਸੋਗ, ਸਦਾ ਆਨੰਦ ਤੈ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਗ ਤੈਸਾ ਰਾਜਾਨ, ਜੋ ਵਰਤਾਏ ਸਾਏ ਜੁਗਤ, ਨਾਨਕ ਉਹ ਪੁਰਖ ਕਹੀ ਹੈ ਜੀਵਨ ਮੁਕਤ। ਇੱਥੇ ਪਹੁੰਚਣਾ ਫਿਰ ਇੱਕ ਗੱਲ ਬਣਦੀ ਹੈ, ਇਹ ਗੱਲਾਂ ਬਾਤਾਂ ਦਾ ਵਿਸ਼ਾ ਨਹੀਂ। ਗੱਲਾਂ ਬਾਤਾਂ ਨਾਲ ਗ੍ਰੰਥ ਪੜ੍ਹ ਕੇ ਜਾਣਕਾਰੀ ਤਾਂ ਪ੍ਰਾਪਤ ਹੋ ਸਕਦੀ ਹੈ, ਜਿਵੇਂ ਸੰਤ ਬਾਬਾ ਰਜਨੀਤ ਸਿੰਘ ਜੀ ਸੁਣਾਏ ਰਹੇ ਸੀ ਸਰਬਾਜੀਤ ਦੀ ਗੱਲ, ਕਿ ਉਹ ਗ੍ਰੰਥ ਪੜ੍ਹ ਕੇ ਵਿਦਵਾਨ ਤਾਂ ਬਹੁਤ ਤਕੜਾ ਹੋ ਗਿਆ ਸੀ, ਜਾਣਕਾਰੀ ਤਾਂ ਬਹੁਤ ਪ੍ਰਾਪਤ ਕਰ ਲਈ, ਪਰ ਮਹਾਂਪੁਰਖ ਦੱਸਦੇ ਹੁੰਦੇ ਸੀ ਜਿੰਨੀ ਜਾਣਕਾਰੀ ਇਕੱਠੀ ਕਰੋਗੇ ਓਨੀ ਦੂਰੀ ਬਣੂਗੀ ਰੱਬ ਨਾਲੋਂ, ਓਨਾ ਦੂਰ ਜਾਓਗੇ, ਕਿਉਂਕਿ ਜਾਣਕਾਰੀ ਨੇ ਤਾਂ ਉਲਝਾ ਲੈਣਾ ਆਹ ਕਿਵੇਂ ਉਹ ਕਿਵੇਂ ਇਹ ਇਸ ਤਰ੍ਹਾਂ ਉਹ ਉਸ ਤਰ੍ਹਾਂ, ਬਸ ਇਸੇ ਚੱਕਰਾਂ 'ਚ ਰਹਿ ਜਾਂਦਾ। ਇਹ ਤਾਂ ਜਿਉਂਦੇ ਮਰਨ ਵਾਲੀ ਗੱਲ ਹੈ, ਜਿਉਂਦੇ ਮਰਨਾ ਪੈਂਦਾ ਸਾਧ ਸਿੰਘ ਜੀ। ਫਿਰ ਕਿਤੇ ਉਹ ਸੰਤ ਬਾਬਾ ਈਸ਼ਵਰ ਸਿੰਘ ਮਹਾਰਾਜ ਉਹਨਾਂ ਦੇ ਈਸ਼ਵਰ ਅਮੋਲਿਆ ਲਾਲ ਦੇ ਵਿੱਚ ਉਹ ਗ੍ਰੰਥ ਦੇ ਵਿੱਚ ਲਿਖਿਆ ਹੁੰਦਾ ਨਾ, ਲਿਖਿਆ ਹੋਇਆ ਨਾ, ਮਹਾਂਪੁਰਖ ਕਹਿੰਦੇ ਮਟਾ ਦੇ ਆਪਣੀ ਹਸਤੀ ਕੋ, ਅਗਰ ਕੁਛ ਮਰਤਬਾ ਚਾਹੇ, ਦਾਣਾ ਮਿੱਟੀ ਮੇਂ ਮਿਲ ਕਰ ਗੁਲੇ ਗੁਲਜ਼ਾਰ ਹੋਤਾ ਹੈ। ਕਹਿੰਦੇ ਜੇ ਕਿਸੇ ਮਰਤਬੇ ਨੂੰ ਹਾਸਲ ਕਰਨਾ ਹੈ ਤਾਂ ਆਪਣੀ ਹਸਤੀ ਨੂੰ ਮਿਟਾ ਦੇ। ਕਹਿੰਦੇ ਦਾਣਾ ਨਾ
ਜਦੋਂ ਆਪਾਂ ਧਰਤੀ 'ਚ ਪਾਉਂਦੇ ਹਾਂ ਕੋਈ ਵੀ ਦਾਣਾ ਬੀਜ ਪਾਉਂਦੇ ਹਾਂ ਆਪਾਂ ਭਾਵੇਂ ਕਣਕ ਦਾ ਪਾਈਏ, ਜ਼ਿਮੀਂਦਾਰਾਂ ਨੂੰ ਪਤਾ ਹੈ ਪਿੰਡੋਂ ਬੈਠੇ ਨੇ ਸਾਰੇ, ਉਹ ਪਹਿਲਾਂ ਆਪਣਾ ਵਜੂਦ ਖਤਮ ਕਰਦਾ ਮਿੱਟੀ ਦੇ ਵਿੱਚ ਮਿਲ ਕੇ, ਫਿਰ ਉਹਦੇ ਵਿੱਚੋਂ ਪੁੰਗਰਦਾ ਹੈ, ਫਿਰ ਦਾਣਾ, ਫਿਰ ਗੁਲੇ ਗੁਲਜ਼ਾਰ ਹੁੰਦਾ ਹੈ। ਪਹਿਲਾਂ ਆਪਣੀ ਹਸਤੀ ਮਿਟਾਉਣੀ ਪੈਂਦੀ। ਇਸ ਕਰਕੇ ਬਈ ਇਹ ਮਰ ਜੀਵੜਿਆਂ ਦਾ ਰਸਤਾ ਹੈ। ਜਿਨ੍ਹਾਂ ਨੇ ਕਮਾਈ ਕੀਤੀ ਉਹਨਾਂ ਦੀਆਂ ਅੱਜ ਆਪਾਂ ਯਾਦਾਂ ਮਨਾ ਰਹੇ ਹਾਂ, ਸ਼੍ਰੀ ਮਾਨ ਸੰਤ ਬਾਬਾ ਨਾਰ ਸਿੰਘ ਜੀ ਮਹਾਂਪੁਰਖਾਂ ਦੀ, ਜਿਨ੍ਹਾਂ ਨੇ ਸੰਤ ਬਾਬਾ ਕਿਰਪਾਲ ਸਿੰਘ ਜੀ ਮਹਾਂਪੁਰਖਾਂ ਦੇ ਚਰਨ ਸ਼ਰਨ ਵਿੱਚ ਰਹਿ ਕੇ, ਭਾਵੇਂ ਮਹਾਂਪੁਰਖਾਂ ਦਾ ਜਿਹੜਾ ਉਪਦੇਸ਼ ਹੁੰਦਾ ਉਹ ਗੁਰਬਾਣੀ ਦਾ ਉਪਦੇਸ਼ ਹੁੰਦਾ ਆਪਣੇ ਕੋਲੋਂ ਨਹੀਂ, ਉਹਨਾਂ ਨੇ ਗੁਰਮਤ ਪਹਿਲਾਂ ਆਪ ਧਾਰਨ ਕੀਤੀ ਹੁੰਦੀ ਹੈ, ਫਿਰ ਦ੍ਰਿੜ ਕਰਾਉਣੀ ਹੁੰਦੀ ਹੈ, ਕਿਉਂਕਿ ਉਹਨਾਂ ਨੇ ਆਪ ਦ੍ਰਿੜ ਕੀਤੀ ਹੁੰਦੀ ਹੈ। ਕਬੀਰ ਸੇਵਾ ਕੋ ਦੋਏ ਪਲੇ ਏਕ ਸੰਤ ਕਰਾਮ, ਰਾਮ ਜੋ ਦਾਤਾ ਮੁਕਤ ਕਹੋ ਸੰਤ ਜਪਾਵੈ ਨਾਮ। ਸੰਤ ਨੇ ਤਾਂ ਨਾਮ ਜਪਾਉਣਾ, ਤੁਹਾਨੂੰ ਨਾਮ ਨਾਲ ਬਾਣੀ ਨਾਲ ਜੋੜਨਾ, ਮੁਕਤੀ ਦਾ ਤਾਂ ਨਾਮ ਹੈ, ਮੁਕਤੀ ਤਾਂ ਨਾਮ ਜਪ ਕੇ ਮਿਲਣੀ ਹੈ। ਸੰਤਾਂ ਨੇ ਤੁਹਾਨੂੰ ਨਾਮ ਨਾਲ ਜੋੜ ਦੇਣਾ, ਤੁਹਾਨੂੰ ਜੁਗਤੀ ਦੱਸ ਦੇਣੀ ਹੈ, ਕਿਉਂਕਿ ਉਹ ਆਪ ਜਿਹੜੇ ਹੁੰਦੇ ਨੇ ਜੋੜਨ ਹਾਰੂ ਸੰਤ ਨਾਨਕ ਪਾਦਰ ਪਾਦਰ ਉਹ ਜੁੜੇ ਹੁੰਦੇ ਨੇ। ਤਾਂ ਕਰਕੇ ਇਸੇ ਤਰ੍ਹਾਂ ਸ਼੍ਰੀ ਮਾਨ ਸੰਤ ਬਾਬਾ ਬੰਦ ਸਿੰਘ ਜੀ ਮਹਾਂਪੁਰਖਾਂ ਨੇ ਵੀ ਮਹਾਂਪੁਰਖਾਂ ਦੇ ਚਰਨਾਂ 'ਚ ਔਰ ਗੁਰੂ ਘਰ ਦੇ ਵਿੱਚ ਰਹਿ ਕੇ ਆਪਣਾ ਜੀਵਨ ਬਤੀਤ ਕੀਤਾ, ਤਾਂ ਅੱਜ ਆਪਾਂ ਉਹਨਾਂ ਦੀ ਯਾਦ ਬਣਿਆ। ਸੋ ਆਓ ਗੁਰੂ ਕਿਰਪਾ ਕਰੇ ਸਾਡੇ 'ਤੇ ਵੀ ਸਤਿਗੁਰੂ ਮਹਾਂਪੁਰਖ ਮਿਹਰ ਕਰਨ ਕਿ ਅਸੀਂ ਵੀ ਉਹਨਾਂ ਦੇ ਜੋ ਚਲਾਏ ਹੋਏ ਮਾਰਗ ਨੇ ਅਸੀਂ ਵੀ ਸੇਵਾ ਸਿਮਰਨ ਸਤਸੰਗਤ ਕਰਕੇ ਆਪਣਾ ਮਨੁੱਖਾ ਜਨਮ ਸਫਲਾ ਕਰ ਲਈਏ। ਇੰਨੀ ਕੁ ਹਾਜ਼ਰੀ ਪ੍ਰਵਾਨ ਕਰਿਓ, ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਜਸਵੀਰ ਸਿੰਘ ਜੀ ਮੁੰਡਖੜੇ ਵਾਲਿਆਂ ਦਾ। ਉਹਨਾਂ ਨੂੰ ਬੇਨਤੀ ਹੈ ਕਿ ਸੰਤ ਬਾਬਾ ਭਰਪੂਰ ਸਿੰਘ ਜੀਆਂ ਤੋਂ ਸਰੋਪੇ ਦੀ ਬਖਸ਼ਿਸ਼ ਗੁਰੂ ਘਰ ਦੀ ਪ੍ਰਾਪਤ ਕਰਨ। ਸੰਤ ਬਾਬਾ ਭਰਪੂਰ ਸਿੰਘ ਜੀ ਸੇਖੇ ਵਾਲੇ ਬੋਲੇ ਸੋਨਿਆਲ ਸੋਹਣਾ। ਸੰਤ ਬਾਬਾ ਜਸਵਿੰਦਰ ਸਿੰਘ ਜੀ ਜੋ ਕਿ ਪਹੁੰਚੇ ਹੋਏ ਨੇ ਚੰਡੀ ਤੋਂ, ਉਹ ਵੀ ਆ ਕੇ ਸਰਪੰਚ ਸਾਹਿਬ ਆਪਣੇ ਸਰੋਪੇ ਦੀ ਬਖਸ਼ਿਸ਼ ਪ੍ਰਾਪਤ ਕਰਨ। ਮਹਾਂਪੁਰਸ਼ਾਂ ਤੋਂ ਸੰਤ ਬਾਬਾ ਜਸਵਿੰਦਰ ਸਿੰਘ ਜੀ ਝੰਡੀ ਤੋਂ, ਸੰਤ ਬਾਬਾ ਮਲੂਕਦਾਸ ਜੀ ਜੋ ਡੇਰੇ ਤੋਂ ਪਹੁੰਚੇ ਨੇ ਉਹ ਵੀ ਆ ਕੇ ਆਪਣਾ ਸਰੋਪੇ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੰਤ ਬਾਬਾ ਮਲੂਕਦਾਸ ਜੀਆਂ ਦੇ ਬਾਬਾ ਬੋਰੀ ਵਾਲਿਆਂ ਤੋਂ ਡੇਰੇ ਤੋਂ ਪਹੁੰਚੇ ਨੇ ਬੋਲੇ ਸੋ ਨਿਹਾਲ। ਅਤੇ ਸੰਤ ਬਾਬਾ ਗੁਰਮੁਖ ਸਿੰਘ ਜੀ ਛੰਨਾ ਤੋਂ ਜੋ ਪਹੁੰਚੇ ਨੇ ਸ਼੍ਰੀ ਮਾਨ ਸੰਤ ਬਾਬਾ ਕਿਰਪਾਲ ਸਿੰਘ ਜੀ ਦੇ ਸਥਾਨ ਤੋਂ, ਉਹ ਵੀ ਬਾਬਾ ਜੀ ਤੋਂ ਸਰੂਪੇ ਦੀ ਬਖਸ਼ਿਸ਼ ਪ੍ਰਾਪਤ ਕਰਨ। ਸੰਤ ਬਾਬਾ ਗੁਰਮੁਖ ਸਿੰਘ ਜੀ
ਛੰਨਾ ਤੋਂ ਪਹੁੰਚੇ ਨੇ, ਸ਼੍ਰੀਮਾਨ ਸੰਤ ਬਾਬਾ ਕਿਰਪਾਲ ਸਿੰਘ ਜੀਆਂ ਦੇ ਅਸਥਾਨ ਤੋਂ। ਸਤਿ ਸ੍ਰੀ ਅਕਾਲ। ਸੋ ਮਹਾਂਪੁਰਸ਼ਾਂ ਦਾ ਬਹੁਤ ਬਹੁਤ ਧੰਨਵਾਦ ਸ਼੍ਰੀਮਾਨ ਸੰਤ ਬਾਬਾ ਬਲਜੀਤ ਸਿੰਘ ਜੀਆਂ ਤੋਂ, ਸਾਰੇ ਸੰਤਾਂ ਮਹਾਂਪੁਰਸ਼ਾਂ ਨੂੰ, ਜੀ ਆਇਆਂ ਨੂੰ ਜਿਹੜੇ ਅਸਥਾਨ 'ਤੇ ਪਹੁੰਚੇ ਨੇ ਸਮੇਂ ਦੀ ਘਾਟ ਕਾਰਨ। ਸੋ ਇੰਨੀ ਕੁ ਹਾਜ਼ਰੀ ਪ੍ਰਵਾਨ ਕਰਨਾ। ਹੁਣ ਸੰਤ ਬਾਬਾ ਭਰਪੂਰ ਸਿੰਘ ਜੀ ਅੱਧੇ ਘੰਟੇ ਵਾਸਤੇ ਸੰਗਤਾਂ ਨੂੰ ਕਥਾ ਕੀਰਤਨ ਦੇ ਨਾਲ ਜੋੜਨਗੇ। ਇਹਨਾਂ ਮਹਾਂਪੁਰਸ਼ਾਂ ਨੇ ਜਾਣਾ। ਸੋ ਬੇਨਤੀ ਪ੍ਰਵਾਨ ਕਰਨ, ਕਿਉਂਕਿ ਸਮਾਂ ਸੀਮਿਤ ਹੈ, ਜਥੇ ਬਹੁਤ ਨੇ। ਸੋ ਇਹ ਨਾ ਸਮਝਣ ਵੀ ਸਾਨੂੰ ਘੱਟ ਟਾਈਮ ਦਿੱਤਾ ਗਿਆ। ਸੋ ਬੇਨਤੀ ਹੀ ਪ੍ਰਵਾਨ ਕਰਨ, ਕਿਉਂਕਿ ਸਮੇਂ ਦੇ ਸਾਹਮਣੇ ਅਸੀਂ ਵੀ ਬੇਵਾਸਾਂ। ਮਹਾਂਪੁਰਸ਼ਾਂ ਵੱਲੋਂ ਜਿਵੇਂ ਹੁਕਮ ਹੈ ਉਹ ਹਾਜ਼ਰੀ ਭਰਨ। ਸੋ ਇਹਨਾਂ ਤੋਂ ਬਾਅਦ ਸੰਤ ਬਾਬਾ ਨਿਸ਼ਾਪੁਰ ਸਿੰਘ ਜੀ ਕਲਿਆਣ ਵਾਲੇ ਜੋ ਅਰਦਾਸਪੁਰਾ ਗੁਰਦੁਆਰਾ ਸਾਹਿਬ ਤੋਂ ਪਹੁੰਚੇ, ਇਹਨਾਂ ਨੂੰ ਵੀ ਜੀ ਆਇਆਂ ਨੂੰ, ਕਿਉਂਕਿ ਐਡੇ ਵੱਡੇ ਅਸਥਾਨ 'ਤੇ ਸੇਵਾ ਨਿਭਾ ਰਹੇ ਨੇ, ਜਿੱਥੇ ਸਾਡੇ ਇਲਾਕੇ ਦੀ ਬੜੀ ਕਿਰਪਾ। ਸੋ ਹੁਣ ਬਾਬਾ ਜੀ ਤੋਂ ਭਾਈ ਆਪਾਂ ਕੀਰਤਨ ਸਰਵਣ ਕਰੀਏ। ਮੈਡੀਕਲ ਕੈਂਪ ਦਾ ਵੀ ਸੰਗਤਾਂ ਭਾਈ ਲਾਹੇ ਪ੍ਰਾਪਤ ਕਰਨ। ਡਾਕਟਰ ਹਰਵਿੰਦਰ ਸਿੰਘ ਜੀ MD ਪਹੁੰਚੇ ਹੋਏ ਨੇ। ਸੋ ਵੀ ਭਾਈ ਸੰਗਤਾਂ ਜਾ ਕੇ ਲਾਹੇ ਪ੍ਰਾਪਤ ਕਰੋ ਅਤੇ ਪੰਡਾਲ ਦੇ ਵਿੱਚ ਪਹੁੰਚੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਸਤਨਾ ਸ਼੍ਰੀ ਵਾਹਿਗੁਰੂ ਜੀਤਾ ਜੀਓ ਪਿੰਡ ਸਭ ਤੇਰਾ ਤੂੰ ਅੰਤਰਜਾਮੀ ਪੁਰਖ ਭਗਵਾਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਗੁਰਾਏ ਸਿਹਾ ਹੋ ਕਰੀ ਬਖਿਆਨ ਦਾਸਨ ਦਾਸ ਕਹੇ ਜਨ ਨਾਨਕ ਜਿਹਾ ਤੂੰ ਕਰਾਏ ਹੇ ਤਿਹਾ ਹੋ ਕਰੀ ਬਖਿਆਨ ਉਹ ਚੰਦਨ ਬਣ ਜਾਂਦੇ ਨੇ ਚੰਦਨ ਦੇ ਦੱਸਦੇ ਚੰਦਨ ਬਣ ਜਾਂਦੇ ਬਣ ਜਾਂਦੇ ਨੇ ਚੰਦਨ ਦੇ ਕੋਲੇ ਵਸਦੇ ਚੰਦਨ ਬਣ ਜਾਂਦੇ ਨੇ ਚੰਦਨ ਦੇ ਕੋਲੇ ਵਸਦੇ ਉਹ ਚੰਦਨ ਬਣ ਜਾਂਦੇ ਨੇ ਚੰਦਨ ਦੇ ਕੋਲੇ ਵਸਦੇ ਬਣ ਜਾਂਦੇ ਨੇ ਚੰਦਨ ਦੇ ਕੋਲੇ ਵਸਦੇ।
ਸਵਾਰੀ ਸਤ ਸੰਗਤ ਜੀ, ਕਈ ਦਿਨਾਂ ਤੋਂ ਲੈ ਕੇ ਇਸ ਪੰਡਾਲ ਵਿੱਚ ਗੁਰੂ ਬਾਬਾ ਜੀ ਦੇ ਚਰਨਾਂ ਦਾ ਆਨੰਦ ਮਾਣ ਰਹੇ ਹੋ, ਅੱਜ ਵੀ ਸਵੇਰ ਤੋਂ ਲੈ ਕੇ ਬੈਠੇ ਹੋ। ਸਭ ਤੋਂ ਪਹਿਲਾਂ ਦਾਸ ਵੱਲੋਂ, ਜਥੇ ਵੱਲੋਂ ਨਿਮਰਤਾ ਸਹਿਤ ਗੁਰਫਤਿਹ ਪ੍ਰਵਾਨ ਕਰਿਓ ਜੀ। ਗੱਜ ਕੇ ਆਖੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿਬੇ ਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਮਹਾਂਪੁਰਖਾਂ ਨੇ, ਸੰਤ ਬਾਬਾ ਬੰਤ ਸਿੰਘ ਮਹਾਰਾਜ ਜੀਆਂ ਨੇ, ਸੰਤ ਬਾਬਾ ਨਾਰ ਸਿੰਘ ਮਹਾਰਾਜ ਦੇ ਚਰਨਾਂ 'ਚ ਸੇਵਾ ਕੀਤੀ। ਅੱਜ ਉਹਨਾਂ ਦੀ ਵੀ ਸੇਵਾ ਹੁੰਦੀ ਆ, ਉਹਨਾਂ ਨੂੰ ਵੀ ਉਹਨਾਂ ਦੀ ਯਾਦ ਮਨਾਈ ਜਾਂਦੀ ਹੈ। ਜਿਹੜੇ ਤਾਂ ਚੰਦਨ ਦੇ ਕੋਲੇ ਰਹਿੰਦੇ ਨੇ ਢੱਕ ਪਲਾ, ਉਹ ਤਾਂ ਚੰਦਨ ਵਰਗੇ ਬਣ ਜਾਂਦੇ ਆ। ਚੰਦਨ ਵਿੱਚ ਇਹ ਗੁਣ ਹੈ, ਉਹਨਾਂ ਨੂੰ ਆਪਣੇ ਵਰਗੇ ਬਣਾ ਦਿੰਦਾ। ਤੇ ਗੁਰਮੁਖ ਪਿਆਰਿਓ, ਇੱਕ ਹੋਰ ਵੀ ਬਚਨ ਭਗਤ ਜੀ ਕਹਿ ਰਹੇ ਨੇ, ਕਹਿੰਦੇ ਚੰਦਨ ਦੇ ਕੋਲੇ ਢੱਕ ਤੇ ਪਲਾਹ ਲੱਗ ਜਾਣ, ਉੱਗ ਪੈਣ, ਉਹ ਤਾਂ ਚੰਦਨ ਬਣ ਜਾਂਦੇ ਹੈ। ਪਰ ਜੇ ਚੰਦਨ ਦੀ ਜੜ ਵਿੱਚ ਬਾਂਸ ਪੈਦਾ ਹੋ ਜਾਵੇ, ਉਹ ਚੰਦਨ ਨਹੀਂ ਬਣਦਾ, ਉਹ ਨਹੀਂ ਚੰਦਨ ਬਣਦਾ।
ਤੇ ਗੁਰਮੁਖ ਪਿਆਰਿਓ ਜਿਹੜੇ ਮਹਾਂਪੁਰਖਾਂ ਕੋਲ ਰਹਿ ਕੇ ਨਿਮਰਤਾ ਵਿੱਚ ਰਹਿੰਦੇ ਆ, ਨਿਤਨੇਮ ਰੱਖਦੇ ਆ, ਮਹਾਂਪੁਰਖਾਂ ਦਾ ਡਰ ਰੱਖਦੇ ਆ, ਉਹਦਾ ਫਿਰ ਹਰ ਕਾ ਸੇਵਕ ਸੋ ਹਰ ਜੀ ਆ ਭੇਦ ਨਾ ਜਾਣੋ ਮਾਨਸ ਦੇ ਆ। ਤੇ ਜਿਹੜੇ ਕੋਲੇ ਰਹਿ ਕੇ ਵੀ ਮਹਾਂਪੁਰਖਾਂ ਦੇ ਚਰਨਾਂ ਦਾ, ਗੁਰੂ ਬਾਬਾ ਜੀ ਦੀ ਬਾਣੀ ਦਾ ਆਨੰਦ ਨਹੀਂ ਮਾਣਦੇ, ਉਹਦਾ ਬਾਂਸ ਵਰਗੀ ਹੁੰਦੇ ਆ। ਇਸੇ ਕਰਕੇ ਮੈਂ ਇੱਕ ਦੋ ਧਾਰਨੇ ਪੜੂੰਗਾ, ਸੰਗਤ ਜੀ ਧਿਆਨ ਦਿਓ। ਆਪਾਂ ਧੱਕ ਤੇ ਪਲਾਹ ਵਾਲੀ ਉਹਨਾਂ ਵਾਲੀ ਮੱਤ ਤਾਂ ਲੈਣੀ ਆ, ਧਿਆਨ ਦਿਓ। ਆਪਾਂ ਬਾਂਸ ਵਰਗੇ ਨਹੀਂ ਬਣਨਾ ਪਿਆਰਿਓ, ਇੱਥੇ ਆਇਓ, ਇੱਥੋਂ ਦੇਖਿਓ ਵੀ ਮਹਾਂਪੁਰਖਾਂ ਨੇ ਜੋ ਬਚਨ ਕਹੇ ਉਹਨਾਂ ਦੇ ਪਹਿਰਾ ਦਈਏ। ਇਹ ਮਹਾਂਪੁਰਖਾਂ ਦਾ ਕਿਉਂ ਸਤਿਕਾਰ ਆ? ਬੰਦੇ ਤਾਂ ਇਹ ਵੀ ਨੇ, ਬੰਦੇ ਹੀ ਨੇ, ਵੀ ਇਹ ਕਿਹੜਾ ਕੋਈ ਬਾਹਰੋਂ ਸਿੰਗਾਲੇ ਤਾਂ ਹੈ ਨਹੀਂ, ਬੰਦੇ ਹੀ ਨੇ। ਇਹਨਾਂ ਦਾ ਸਤਿਕਾਰ ਕਿਉਂ ਹੈ? ਵੀ ਮਹਾਂਪੁਰਖਾਂ ਕੋਲ ਰਹੇ, ਮਹਾਂਪੁਰਖਾਂ ਦੇ ਭੈ ਵਿੱਚ ਰਹੇ। ਤੇ ਗੁਰਮੁਖ ਪਿਆਰਿਓ, ਆਪਾਂ ਵੀ ਮਹਾਂਪੁਰਖਾਂ ਦੇ ਭੈ ਵਿੱਚ ਰਹਿ ਕੇ ਜ਼ਿੰਦਗੀ ਬਿਤਾਉਣੀ ਆ, ਕਿਤੇ ਆਪਾਂ ਬਾਂਸ ਵਰਗੇ ਨਾ ਬਣ ਜਾਈਏ। ਭਗਤ ਜੀ ਕੁਝ ਕਹਿੰਦੇ ਆ, ਐਸੀ ਮਤ ਡੁੱਬਿਓ ਨਾ ਕੋਈ, ਜੈਸੀ ਮਤ ਬਾਂਸ ਡੁੱਬਿਆ, ਮਤ ਡੁੱਬਿਓ ਨਾ ਕੋਈ, ਜੈਸੀ ਮਤ ਬਾਂਸ ਡੁੱਬਿਆ, ਕਾਸ਼ਤ।